बाबा जी मेनू माफ कर दे। ए कौन है मूर्ख? बाबा जी मेनू माफ कर दे। बाबा जी, बाबा जी, बाबा जी माफ कर दे। बाबा जी की कर बैठा? बाबा जी ये पतली गली दे तीसरा घर किना दा? बाबा जी ए बाबे दी मसी दा घर है। बाबा जी मेनू माफ कर दे। बाबा जी बाबा जी बेड़े त्रेक लगी है, लगी मेनू माफ कर दे। और नाल दा लोहे दा गेट तुहाडा तुहाडा मेनू माफ कर दे। भाई जी तेरिया ने जी। बाबा जी फिर बाबे नू भी माफ कर दियो। बाबा जी तुसी की उन्हां नाल टास कर बैठे हो? कर बैठे जी। बाबा जी असी आहो। बाबा जी, बाबा जी की चने कौन है मूरख? ए नाल दे डेरे दा मरीज जे बाबा जी। ए चुंडी साईं दा मरीज है जी। बाबा जी चुंडी साईं नूं मैं छड्ड आया। बाबा जी बिल्कुल कख भी नहीं आया। अजकल झूठा झूठा झूठा। असी सच्चिया दे नाल रहिंदे आ, असी सच्चे बाबे आ। ये बात ओ झूठा भुखा कोई कम नहीं। उसको ना जादू है, ना टूना, ना कोई गल, ना कोई बात। असी बड़े बड़े जादू टूने किते ने। बाबा जी तुसी करनी परनी वाले होयो। बाबा जी, बाबा जी मेनू अपना मुरीद कर लो। बाबा जी मैं चुंडी साई नू छड्ड आया। बाबा जी मेनू अपने कोल रख लो। बाबा जी मैं चुप करके पिया रहना। बाबा जी, बाबा जी मेनू रख लो। बाबे ने तेनू नहीं रखना। क्यों? तेरे जिड्डा बाबे दे कोल है। बाबा जी तुहाडे वाल साहब दा भी कद निक्का ही है। फरियाद लेके आई है। फरियाद फरियाद लेके आई है। लेके आई है। बाबा जी बस इधर आओ जरा। मैं तुहानू दस दिया कि बाबा जी मैनू पता तुसी किन्ने को पानी चो। असी इन्ने इन्ने पानी चा। बस जेड़ा तुहानू इन्ना इन्ना होना, मैनू तो इन्ना इन्ना होना है। बाबा जी मैनू पता कि तुसी किन्ने पानी चो, किन्नी करा बात जानदे हो। मैं जानना बाबा जी, तू जानना। बाबा जी मैनू इत्थे मुरीद कर लो अपना पक्का पक्का। ए टोपी किन्ने दी लई आ? बाबा जी 40 रुपए दी लई है। 40 रुपए दी खाली टोपी लई आ? जी बाबा जी। बस 40 होर पा के पूरा सेट लेना सही। दस्ताने भी लै। बाबा जी बहुतियां गल्लां ना करो, मैं तुहानू दसदिया। बाबे हो तुसी? बाबा जी असी बाबे हो। असी मुरीद आ। अज तो बाद जिन्ने भी इत्थे मुरीद आए ने आउणे ने, ओ बाबा जी मैं संभालांगा। कोई संभाल नहीं बाबा जी। काले बकरे काले मेहमान आने छड्डा नो। मेहमान खाने चला जा, फिर उस तो बाद इनू कुट खाने चला जा। क्या कुड़िए लाल कुड़िए लाइया इनू? आ ए निकी बड़ी ब्रीक आ, इत्थो कड्डी जे ए ਖੁੱਟ ਤੇ ਬੜੀ ਸੀ ਉਹ ਤੂੰ ਕੱਢੀ ਏ। ਬਾਬਾ ਜੀ ਬਸ ਮੈਨੂੰ ਆਪਣੇ ਕੋਲ ਰੱਖ ਲਓ। ਬਾਬਾ ਜੀ ਕਾਲੇ ਬੱਕਰੇ ਲੈਣੇ, ਕਾਲੇ ਕਾਲੇ ਹੀ ਲਵਾਂਗੇ। ਜਿਹੜਾ ਵੀ ਮੁਰੀਦ ਆਏਗਾ ਉਹਦੇ ਕੋਲ 20 ਮਣ ਕਣਕ ਲੈਣੀ ਹੈ। ਕਾਲੇ ਬੱਕਰੇ ਲੈਣੇ ਬਾਬਾ ਜੀ, ਦੇਸੀ ਘਿਓ ਦੇ 3 ਲੈਣੇ ਬਾਬਾ ਜੀ। ਇਹੋ ਜਿਹੇ ਹਾਲਾਤ ਨੇ ਫਿਰ ਸਾਡੇ ਕੋਲ ਕੋਈ ਮੁਰੀਦ ਨਹੀਂ ਹੋਣਾ। ਬਾਬਾ ਜੀ ਮੁਰੀਦਾਂ ਨੂੰ ਕਹਿਣਾ ਅਸੀਂ ਅੱਗੇ ਦੇਣੇ ਨੇ, ਅੱਗੇ ਅੱਗੇ ਦੇਵਾਂਗੇ। ਚਿੱਲੇ ਕੱਟਣੇ ਨੇ, ਚਿੱਲੇ ਚਿੱਲੇ। ਤੂੰ ਕੀ ਚਾਹਨਾ ਬੱਚਾ? ਮੈਨੂੰ ਤੇ ਪਰਲੇ ਬਾਬੇ ਦੇ ਗੁੱਸਾ ਹੀ ਬੜਾ। ਕੀ ਇਹਨੇ ਆਪਣੀ ਭੈਣ ਦੇ ਨਾਲ ਵਾਅਦਾ ਕੀਤਾ, ਕਹਿੰਦਾ ਮੈਂ ਵੱਡਾ ਹੋ ਕੇ ਤੇਰਾ ਵਿਆਹ ਕਰਾਂਗਾ। ਉਹ ਇਹ ਤੇ ਵੱਡਾ ਹੋਇਆ ਨਹੀਂ, ਉਹਦੀਆਂ ਮੁੱਛਾਂ ਨਿਕਲ ਆਈਆਂ। ਬਾਬ ਓ ਚਿੱਲੇ ਲਾ ਅਰੇ ਬਾਬਾ ਜੀ ਵਾਹਿਗੁਰੂ। बाबे चुंडी साई कोल मलंग साई तो मलंग Oh!
ਬਾਬਾ ਜੀ ਨਹੀਂ ਅੱਜ ਤੋਂ ਤੁਹਾਡੇ ਮਲੰਗ ਤੁਹਾਡੀਆਂ ਮਸ਼ਹੂਰੀਆਂ ਸੁਣ ਕੇ ਤੁਹਾਡੇ ਕੋਲ ਆ ਗਏ ਆ ਬੜੇ ਕਰਨੀ ਵਾਲੇ ਤੇ ਬੜੇ ਕਰਨੀ ਵਾਲੇ ਨੇ ਪਿਛਲਾ ਨੀ ਤੇਰੇ ਕਾਲਾ ਮੱਲਾ ਆਹੋ ਉੱਥੇ ਬਾਬਾ ਜੀ ਨੂੰ ਉਹਨੇ ਸੱਦਿਆ ਇੱਕ ਬੰਦੇ ਦੀ ਕੁੜੀ ਘਰੋਂ ਨਿਕਲ ਗਈ ਫੇਰ ਉਹਨੇ ਕਿਹਾ ਬਾਬਾ ਜੀ ਦਮ ਦਰੂਦ ਕਰੋ ਕੁੜੀ ਵਾਪਸ ਆ ਜਾ ਇਹ ਬਾਤ ਬਾਬਾ ਜੀ ਤਿੰਨ ਦਿਨ ਲੱਗੇ ਰਹੇ ਨੇ ਕੁੜੀ ਵਾਪਸ ਨਹੀਂ ਆਈ ਫੇਰ ਬਾਬਾ ਜੀ ਆਪਣੀ ਉੱਥੇ ਦੇ ਕੇ ਆਏ ਫੇਰ ਬਾਬੇ ਦੇ ਮਲੰਗ ਬਾਈ ਬਾਬੇ ਦੇ ਮਲੰਗ ਬਾਬੇ ਦੇ ਮਲੰਗ ਬਾਈ ਬਾਬੇ ਦੇ ਮਲੰਗ ਮੰਨੀ ਤੇ ਲੰਮਿਆਂ ਪੈ ਜਾਂਦੇ ਹੋ ਹਾਂਜੀ ਤੇ ਕਬਰ 'ਚ ਕਿਉਂ ਨਹੀਂ ਪੈਂਦੇ ਬਾਬਾ ਜੀ ਅਸੀਂ ਤੇ ਤੁਹਾਡੇ ਨਾਲ ਪੈਲੇ ਆ ਅੱਜ ਤੋਂ ਬਾਬਾ ਜੀ ਉੱਥੇ ਦਿੱਤੀ ਜੇ ਕੋਈ ਨਿੱਕੀ ਜਿਹੀ ਆਏ ਬਾਬੇ ਦੇ ਮਲੰਗ ਸਾਡੀਆਂ ਲੰਮੀਆਂ ਲੰਮੀਆਂ ਨੇ ਤੇ ਕਿਸੇ ਵੱਡੀ ਔਰਤ ਦੀਆਂ ਲੱਤਾਂ ਵਢਾ ਦਿਓ ਮੈਨੂੰ ਤੇ ਦਿਓ ਨਾ ਬਾਬੇ ਬਾਬੇ ਸਾਰੀ ਜ਼ਿੰਦਗੀ ਪੱਟੀਆਂ ਕਰਾਂਦਾ ਫਿਰੇ ਨਾ ਬਾਬਾ ਜੀ ਕਰਨੀ ਵਾਲੇ ਨੇ ਬੜੇ ਕਰਨੀ ਵਾਲੇ ਆ ਬਾਬਾ ਜੀ ਤੁਹਾਡੇ ਕੰਨ ਨਾਲ ਆਉਂਦੇ ਮੂੰਹ ਤੁਹਾਡਾ ਗਲਤ ਚੀਜ਼ ਵਰਗਾ ਜੇ ਬਾਬਾ ਜੀ ਕੋਈ ਅੰਦਰੂਨੀ ਭੈਣ ਨਿਕਲ ਰਹੀ ਹੈ ਤੁਹਾਡੀ ਬਾਬਾ ਜੀ ਅਟਲ ਆਪਣੇ ਜੇ ਕਿ ਅੰਮੀ ਵਾਲਾ ਸੈੱਟ ਲੈ ਆਇਓ ਬਾਬੇ ਦੇ ਮਲੰਗ ਬਾਬੇ ਨੂੰ ਜੁਗਤ ਹੁੰਦੀ ਹੈ ਤੇ ਬਾਬੇ ਨੂੰ ਕਰਨ ਦਿਆ ਕਰੋ ਖੋਤੀ ਦੇ ਬਸ ਬਾਬੇ ਬਸ ਅਮੀਰ ਦੇ ਵੱਡੀ ਭੈਣ ਕੰਮ ਹੈ ਉਹ ਕੁੱਤੇ ਦੇ ਆ ਪੁੱਤਰਾ ਪਾਣੀ ਵਾਲੀ ਚੌਕੀ ਪੈਟ ਵੱਜਦੀ ਆ ਬਾਬਾ ਜੀ ਮੈਨੂੰ ਪਤਾ ਲੱਗ ਗਿਆ ਤੁਸੀਂ ਮੇਰੇ ਹੀ ਮਲੰਗ ਹੋ ਬਾਬਾ ਜੀ ਹੋਲੀ ਮਾਰਿਆ ਕਰੋ ਲੋਕੀ ਜ਼ੋਰ ਦੀ ਮਾਰਦੇ ਨੇ ਅੱਗੋਂ ਤੁਸੀਂ ਵੀ ਜ਼ੋਰ ਦੀ ਬਾਬਾ ਜੀ ਬਾਬਾ ਜੀ ਓ ਬਾਬਾ ਮਰ ਗਿਆ ਜੇ ਬਾਬਾ ਮਰ ਗਿਆ ਓ ਬਾਬਾ ਮਰ ਗਿਆ ਬਾਬਾ ਕੀ ਗੱਲ ਹੈ ਬੱਚਾ ਓ ਬਾਬਾ ਮੇਰੇ ਨਾਲ ਬੜੀ ਟ੍ਰੈਜਡੀ ਹੈ ਕੌਣ ਹੈ ਹਰਾਮ ਦਾ ਇਹ ਕੌਣ ਹੈ ਇਹ ਕੌਣ ਹੈ ਇਹ ਵੱਡਾ ਮੁੰਡਾ ਲੰਗੜੀ ਘੋੜੀ ਚੋਂ ਹੈ ਬਾਬਾ ਜੀ ਆ ਜੀ ਬਾਬਾ ਜੀ ਸਾਲਿਆ ਮੇਰੀ ਕੁਰਬਾਨੀ ਹੋਣ ਲੱਗੀ ਇੱਥੋਂ ਚੁੰਮਣ ਆ ਬਾਬਾ ਜੀ ਬਾਬਾ ਜੀ ਗੱਲ ਸੁਣ ਲਓ ਨਾ ਗੱਲ ਸੁਣ ਲਓ ਨਹੀਂ ਰੋੜਦਾ ਨਹੀਂ ਹੈਗਾ ਬਾਬਾ ਐ ਕੌਣ ਹੈ ਹਰਾਮਜ਼ਾਦਾ ਬਾਬੇ ਦੇ ਮਲੰਗ ਬਾਈ ਬਾਬੇ ਦੇ ਮਲੰਗ ਹਏ ਬਾਬੇ ਦੇ ਮਲੰਗ ਬਾਈ ਬਾਬੇ ਦੇ ਮਲੰਗ ਬਾਬੇ ਦੇ ਮਲੰਗ ਬਾਈ ਬਾਬੇ ਦੇ ਮਲੰਗ ਹਏ ਬਾਬੇ ਦੇ ਮਲੰਗ ਬਾਬੇ ਦੇ ਮਲੰਗ ਓਏ ਬਾਬੇ ਦੇ ਮਲੰਗ ਬਾਈ ਬਾਬ ਓਏ ਓਏ ਮੋਗਲ ਕਿ ਨਹੀਂ ਆਦੀ ਘੋੜੇ ਬਾਬੇ ਦੇ ਮਲੰਗ ਬਾਬਾ ਆਹਾ ਮੈਂ ਬਾਤ ਮੈਂ ਸਦਕੇ ਜਾ ਮੈਂ ਬੜਾ ਪਰੇਸ਼ਾਨ ਆ ਤੁਸੀਂ ਕਿਉਂ ਪਰੇਸ਼ਾਨ ਹੋ ਪਰੇਸ਼ਾਨ ਹੈ ਫੱਕ ਤੇ ਵੀ ਟੈਕਸ ਲੱਗ ਗਿਆ ਹੈ ਇੱਕ ਕਰੋੜ ਕੀ ਲੱਗੀ ਹੋ ਇਹ ਆਪਣਾ ਤੇਰੀ ਕਿਸਮਤ ਖੋਲਣ ਲੱਗਾ ਅੱਛਾ ਜੀ ਹਾਂਜੀ ਇਹ ਮੇਰੇ ਮੁਕੱਦਰਾਂ ਵੀ ਧਿਆਨ ਪਾਓ ਹੌਲਾ ਤੂੰ ਉਹਦੇ ਮੁਕੱਦਰ ਠੀਕ ਹੋ ਜਾਂਦੇ ਸਾਡੇ ਨਸੀਬ ਨੂੰ ਵੀ ਹੱਥ ਪਾ ਲੈ ਬਾਬਾ ਜੀ ਮਾਰਾ ਕੱਖ ਲੱਗੀ ਰਿਸ਼ਤੇਦਾਰੀ ਟੁੱਟ ਗਈ ਹੈ ਓ ਮੇਰੀ ਬੀਵੀ ਕਿੰਨੇ ਦਿਨ ਤੋਂ ਨਾਲ ਤੋਂ ਨਹੀਂ ਨਾਂਦੀ ਨਹੀਂ ਨਾਂਦੀ ਜਿੱਡੀ ਠੰਡੇ ਕਰੋ ਕਰੀਏ ਇਹ ਹਾਲ ਹੈ ਤੁਹਾਡੀ ਬੁੱਢੀ ਦੇ ਤਿੰਨ ਦਿਨ ਹੀ ਨਹਾਉਣ ਡਈ ਸੀ ਅੱਜ ਮੈਂ ਵੇਖਿਆ ਉਹ ਗਰਮ ਪਾਣੀ ਨਾਲ ਨਹਾਉਂਦੀ ਏ ਆਪਣੇ ਨਾਲ ਹੋਰ ਕਹੋ ਬਾਬੇ ਦੇ ਮਲੰਗ ਬਾਬੇ ਦੇ ਮਲੰਗ ਬਾਈ ਬਾਬੇ ਦੇ ਮਲੰਗ ਬਾਬੇ ਦੇ ਮਲੰਗ ਬਾਈ ਬਾਬੇ ਦੇ ਮਲੰਗ ਬਾਬਾ ਜੀ ਇਹ ਨੇੜੇ ਦੀ ਕਿ ਦੂਰ ਦੀ ਏ ਦੂਰ ਦੀ ਏ ਇਹਨੂੰ ਦੂਰ ਹੀ ਸੁੱਟੋ ਓ ਬਾਬਾ ਜੀ ਐਨਕ ਦੂਰ ਦੀ ਦੂਰ ਦੀ ਏ ਬੱਚਾ ਲਾ ਕੇ ਦੱਸੋ ਜ਼ਰਾ ਉਹ ਕਾੜੇ ਬਾਰਿਸ਼ ਪੈਣ ਡਈ ਬਾਬਾ ਜੀ
बाबा जी मैं परेशान परे हो जाए। मामा जान के आना या स्वाद पै गया ही। इन कोई फर्क नहीं पैना है घोड़ा है। आहा 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 पापा जी पापा जी पापा जी इधर क्यों नहीं आंदा साले मेरे को डंडा कोई नहीं ना सुनना मैं बड़ा परेशान कुत्ते दे आ पुत्रा मैं तेरे सामने कदो लुडियां पाउने आ पापा जी मेरा कुछ करो मेरा कुछ करो आज भला क्यों खुश है क्यों खुश नवियां खुरियां लो आईयां ना आज खुश नहीं तकलीफ से क्यों लड्डू फंस गया आहा 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 पापा ठहर के जा पागला आहा आहा बाबा जी परा कुत्ते दे आ पुत्रा एड़ा भी ना कर ਸਾਡੀ ਦੌੜੀ ਰੋਡ ਤੇ ਲੰਗਾ ਚੱਲ ਅੰਦਰ ਉਹ ਦੌੜਾ ਪਿਆ ਉਹਨੂੰ ਪੀੜ ਨਹੀਂ ਹੋਣ ਡਈ ਹਾਂ ਐ ਛਿਲਤਰ ਚੁੱਪੀ ਆ ਵੈਸੇ ਛੋਟੇ ਸਾਈ ਤੇਰੀਆਂ ਬਾਹਾਂ ਨਾਲ ਨਾ ਹੁੰਦੀਆਂ ਹਾਂ ਤੇਰੇ ਤੇ ਬੜੇ ਛਾਪਰ ਚੜਨੇ ਸਾਰੀ ਉੱਠੇ ਉੱਠ ਕੇ ਨਾ ਕਰਾਬਾ ਆਹਾ ਕਿਰੇ ਬਾਬਾ ਦੇ ਮਲਾ ਮਲਾ ਬਾਬਾ ਦੇ ਮਲਾ ਬਾਬਾ ਦੇ ਮਲਾ मरीद पक्का सी किस्मत ही खोलेगा।